ਕਿੱਥੇ ਆਉਣਾ, ਹੀਰਾ ਦਿਖਾ ਦਿਓ ਜੀ ਇੱਕ ਵਾਰੀ। ਇਸ ਵੇਲੇ ਮੈਦਾਨ ਚ ਜੀ ਹੀਰਾ ਸਾਡਾ ਇਹ ਸਰਦਾਰ ਸ਼ੇਖ ਗੁੱਜਰ ਸੱਜੇ ਢਾਬਾ ਆਈਏ ਨਾ ਹੋ ਨਹੀਂ ਸਕਦਾ। ਦੇਖ ਜਿਹੜਾ ਉਮਰ ਗੁੱਜਰ 85 ਵਾਲਾ ਔਰ ਟੱਕਰ ਹੋ ਗਈ ਸ਼ੇਰੇ ਲਾਹੌਰ ਦੇ ਨਾਲ, ਨਹੀਂ ਸੱਜੂ ਭਲਿਆਏ ਵਾਲਾ, ਵੈਸੇ ਸੱਜੂ ਸਾਹਿਬ ਆਹ ਨਹੀਂ ਸੱਜੂ ਭਲਿਆਏ ਵਾਲਾ ਔਰ 85 ਵਾਲਾ ਗੁੱਜਰ ਪੁਆਇੰਟ ਦਾ ਵਾਧਾ ਕਰਦਾ ਹਫਤ ਫਰਿਆਦ ਉਤਾਰੀ ਕਿਰਦਾ ਸਿੰਘ ਵਾਲੇ ਜਨਾਬ ਉਹਨਾਂ ਦਾ ਹੀ ਹੋਇਆ ਪੁਆਇੰਟ। ਲੜਾ ਇਮਰਾਨ ਭੋਲਾ ਅਮਚਾ ਚੱਜ ਛੀਨੇ ਦਾ ਸ਼ਗਿਰਦਾ ਔਰ ਇਸ ਸਾਲ ਕੈਨੇਡਾ ਦਾ ਵੀਜ਼ਾ ਲੱਗ ਗਿਆ ਮੁੰਡੇ ਦਾ ਇਹਦਾ ਵੀ ਇੱਕ ਕੈਨੇਡਾ ਕਬੱਡੀ ਸੀਜ਼ਨ ਖੇਡਣ ਜਾ ਰਿਹਾ ਔਰ ਸੁਲਤਾਨ ਸ਼ੇਰ ਪੰਜਾਬ ਭਾਜੀ ਮਿੱਠੂ ਦੀਆਂ ਮੁਹੱਬਤਾਂ ਚਾਚਾ ਦੇ ਨਾਲ ਬਬਨ ਸੰਗਰੂਰ ਹੋੜਾ ਦੀਆਂ ਮੁਹੱਬਤਾਂ ਦੇ ਨਾਲ ਸ਼ਬਾਸ ਗੁੱਜਰ ਦੂਰੇ ਆ ਗਿਆ ਆਏ ਹਾਏ ਗੁੱਜਰ ਤੇ ਰਾਣਾ ਬਗਲਾ ਭਰਨੇ ਦੀ ਕੋਸ਼ਿਸ਼ ਹੈ ਤੇ ਗੁੱਜਰ ਦੀ ਚੜ੍ਹਾਈ ਰਾਣਾ ਥੋੜਾ ਜਿਹਾ ਹੋਇਆ ਪਿੱਛੇ ਆ ਸਦਕੇ ਰਾਣੇ ਤੋਂ ਤਾੜੀਆਂ ਮਾਰੋ ਜਰਾ ਰਾਣਾ ਇਮਰਾਨ ਭੋਲਾ ਅਬਰਾਰ ਖਾਨ ਭਾਰਾ ਜੀ ਦੇਖੋ ਜਰਾ ਮੁੰਡਾ ਇਹਦੇ ਅੱਗੇ ਦਾ ਨਾ ਰਾਣਾ ਸਵਾਰ ਦਾ ਛੋਟੀ ਸਪਾਈ ਪਿੰਡ ਹੈ ਦਾ ਅਮੀਪੁਰ ਰੋਡ ਫੈਸਲਾਬਾਦ ਦੇ ਵਿੱਚ ਹੈ। ਦੇਖ ਜਰਾ ਮੁੰਡਾ ਮੈਦਾਨ ਵਿੱਚ ਇਸ ਵੇਲੇ ਬੋਲਦਾ ਹੋਇਆ ਭਾਵਾ ਚੱਲ ਵੀ ਦੇਖਦੇ ਕਿਹੜਾ ਪੂਰੇ ਹੋ ਗਏ ਡੰਗੇ ਦੀ ਕੁਛ ਕਰਦਾ ਲੱਗਿਆ ਜੀ ਪੂਰੇ ਹੋ ਗਏ ਇਸ ਵੇਲੇ ਚੱਲ ਵੀ ਦੋਸਤੋ ਅਗਰ ਤੁਸੀਂ ਕਬੱਡੀ ਦੇ ਰੌਂਚਕ ਅਤੇ ਨਵੇਂ ਮੈਚਿਸ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਇੰਟਰਨੈਸ਼ਨਲ ਕਬੱਡੀ ਕਲੱਬ ਲਾਜ਼ਮੀ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਵਾਲੇ ਆਈਕਨ ਨੂੰ ਦਬਾ ਦਿਉ ਤਾਂ ਕਿ ਜਦੋਂ ਵੀ ਕੋਈ ਨਵਾਂ ਮੈਚ ਆਵੇ ਤਾਂ ਸਭ ਨਾਲੋਂ ਪਹਿਲੇ ਤੁਸੀਂ ਦੇਖ ਸਕੋ। ਬਾਹਰ ਔਰ
ਹਾਜੀ ਗੁਰਦਾਸਪੁਰ ਸਰਕੇ ਦੇ ਪੁਆਇੰਟ ਹੋਇਆ ਮੋਸਨ ਦਾ, ਉੱਥੇ ਆ ਗਿਆ ਮਹਿਬੂਬ ਵਾਲਾ ਪਾਚਾ ਕਮਾਲਪੁਰ ਸਰਗੋਦਾ ਰੋਡ ਫੈਸਲਾਬਾਦ ਦੀ ਧਰਤੀ ਹੈ ਜਿੱਥੇ ਮਾਵਾ ਜੰਮਦੀਆਂ ਇੱਕ ਵੱਡੀ ਦੇ ਹੀਰੇ ਹੈ ਗੁਲਾਮ ਅਬਾਸ ਭੱਟ ਦੀ ਧਰਤੀ ਹੈ ਜ਼ਮੀਰੁਲ ਇਸਲਾਮ ਸੰਧੂ ਔਰ ਪੁਆਇੰਟ ਹੋ ਗਿਆ ਮਹਿਬੂਬ ਵਾਲੇ ਦਾ ਜ਼ਮੀਰੁਲ ਇਸਲਾਮ ਸੰਧੂ ਦਾ ਪੈਰ ਬਾਹਰ ਗਿਆ ਔਰ ਪੁਆਇੰਟ ਹੋ ਗਿਆ ਮਹਿਬੂਬ ਵਾਲੇ ਦਾ ਉਧਰੀ ਰੇਲੀ ਆ ਗਿਆ ਉਮਰ ਗੁੱਜਰ 85 ਵਾਲਾ ਹੱਥ ਫਰਿਆਦ ਤਾਰੀ ਗੰਡਾ ਸਿੰਘ ਵਾਲੇ ਚੜ ਵੀ ਮੁੰਡਿਆ ਰੱਬ ਨੇ ਚਾਹਿਆ ਤਾਂ ਹੋ ਜਾਏਗਾ ਇਹਨਾਂ ਦੇ ਰਿੰਜ ਸਰੀਰ ਹੈ ਰੱਬ ਸਰੀਰ ਸੰਭਾਲੀ ਰੱਖੀ ਪੂਰਾ ਪੂਰਾ ਵੇਗ ਹੈ ਇੰਗਲਿਸ਼ ਸੇਕਾ ਤੋਂ ਵੱਧ ਹੋਣਾ ਚੰਦ ਚੌਂਦੀ ਦਾ ਰੇਟ ਹੈ ਸੱਚ ਆਖਾਂ ਪੰਜਾਬੀ ਪੁੱਤਰਾ ਤੂੰ ਇਹ ਜੱਗ ਦਾ ਮੇਟ ਹੈ ਤਾਹੀਓ ਹੋਇਆ ਜੱਗ ਦੀਵਾਨਾ ਫਿਰ ਕਬੱਡੀ ਖੇਡ ਜਵਾਨਾ ਇਸ ਵੇਲੇ ਕਬੱਡੀ ਦਾ ਚਸ ਲੈਂਦੇ ਹੋਏ ਕਬੱਡੀ ਦੇ ਮਹਾਨ ਪ੍ਰਮੋਟਰ ਸਾਧੂ ਖੇਡ ਖਿਡਾਰੀਆਂ ਦੇ ਹੌਸਲਾ ਅਫਜ਼ਾਈ ਲਈ ਪੁੱਜੇ ਹੋਏ ਜਨਾਬ ਸਿਟੀ ਮੇਅਰ ਫੈਸਲਾਬਾਦ ਸਾਡੇ ਫੈਸਲਾਬਾਦ ਦੀ ਸਿਆਸਤ ਦੇ ਵਿੱਚ ਮਲਕ ਬਰਾਦਰਾਨ ਦਾ ਇਹ ਕੁੱਚਾ ਸੁੱਚਾ ਨਾਂ ਹੈ ਸਾਡੇ ਸਿਟੀ ਮੇਅਰ ਮਲਕ ਰਜ਼ਾਕ ਸਾਹਿਬ ਚੌਧਰੀ ਪਰਮੇਸ਼ ਚੱਟ ਸਾਹਿਬ ਚੌਧਰੀ ਸਾਜਿਦ ਚੱਟ ਚੇਅਰਮੈਨ ਸਾਹਿਬ ਔਰ ਸਾਡੇ ਸਪੋਰਟਸ ਦੇ ਮੈਦਾਨਾਂ ਦੀ ਜਾਨ ਚੌਧਰੀ ਅਰਸ਼ਦ ਗੁੱਜਰ ਸਾਹਿਬ ਕੁਸ਼ਤੀ ਹੋਵੇ ਕਬੱਡੀ ਹੋਵੇ ਕੋਈ ਵੀ ਖੇਡ ਹੋਵੇ ਭਲਿਆਈ ਚੰਗਿਆਈ ਦਾ ਕੋਈ ਕੰਮ ਹੋਵੇ ਚੌਧਰੀ ਅਰਸ਼ਦ ਗੁੱਜਰ ਸਾਹਿਬ ਹਮੇਸ਼ਾ ਪੁੱਛ ਕੇ ਮਾਣ ਸਨਮਾਨ ਸਤਿਕਾਰ ਦੇਣ ਵਾਲੇ ਰਾਮ ਚੇਅਰਮੈਨ ਸਾਹਿਬ ਇਹਨਾਂ ਸਾਰਿਆਂ ਮਿੱਤਰਾਂ ਦਾ ਮੁੰਡਿਆਂ ਦਾ ਸਵਾਗਤ ਹੈ ਸਾਡੇ ਫੈਸਲਾਬਾਦ ਦੀ ਪੱਗ ਫੈਸਲਾਬਾਦ ਦੀ ਸ਼ਾਨ ਫੈਸਲਾਬਾਦ ਦੀ ਆ ਸਿੱਧੀ ਮੇਅਰ ਰਜ਼ਾਕ ਮਲਕ ਸਾਹਿਬ ਸਵਾਗਤ 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 ਸਿੱਧੀ ਸਪੋਰਟਸ ਸਦਰ ਜ਼ੁਲਫਕਾਰ ਅਲੀ ਭੁੱਟੋ ਸਿੱਧੀ ਸਪੋਰਟਸ ਸਦਰ ਜ਼ੁਲਫਕਾਰ ਅਲੀ ਭੁੱਟੋ ਜਨਾਬ ਫੈਸਲ ਸੰਧੂ ਸਾਹਿਬ ਹਾਜੀ ਸ਼ਫੀਕ ਸਾਹਿਬ ਚੌਧਰੀ ਸ਼ਹਿਜ਼ਾਦ ਗਿੱਲ ਸਾਹਿਬ ਔਰ ਸਰਦਾਰ ਸ਼ੇਖ ਗੁੱਜਰ ਸਾਹਿਬ ਵੱਲੋਂ ਸਵਾਗਤ ਹੈ ਤੁਹਾਡਾ ਰਾਣਾ ਇਮਰਾਨ ਭੋਲਾ ਬੋਲਦਾ ਹੋਇਆ ਹਾਵਾ ਇਸ ਵੇਲੇ ਮੈਦਾਨ ਦੇ ਵਿੱਚ ਜਨਾਬ ਸਾਡੇ ਸਿਟੀ ਸਪੋਰਟਸ ਸਦਰ ਔਰ ਚੀਫ ਆਰਗਨਾਈਜ਼ਰ ਸੁਸਕਾਰ ਅਲੀ ਭੁੱਟੋ ਸਾਹਿਬ ਵੱਲੋਂ 2000 ਰੁਪਏ ਦਾ ਇਨਾਮ ਹੌਸਲਾ ਅਫਜ਼ਾਈ ਦਾ ਬਹੁਤ ਜ਼ਿਆਦਾ ਸ਼ੁਕਰੀਆ ਮੇਰੇ ਵਾਸਤੇ ਬਹੁਤ ਜ਼ਿਆਦਾ ਸ਼ੁਕਰੀਆ ਸੁਸਕਾਰ ਅਲੀ ਭੁੱਟੋ ਸਾਹਿਬ ਨਾਣਾ ਇਮਰਾਨ ਭੋਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਟੀਮ ਦੇ ਖਾਤੇ ਦੂਏ ਪਾਸੇ ਆ ਗਿਆ ਮੋਸਨ ਮੋਸਨ ਇਸ ਵੇਲੇ ਛੋਟੀ ਉਮਰ ਹੈ ਸੋਹਣਾ ਮੁੰਡੇ ਦਾ ਸਰੀਰ ਧਰਤੀ ਦਾ ਦਿਲ ਧੱਕ ਧੱਕ ਕਰਦਾ ਜਾ ਤੂੰ ਪਾਵੇਂ ਰੇ ਤੂੰ ਪੰਜਾਬੀ ਸੂਰਮਾ ਪੁੱਤਰ ਤੇਰੇ ਵਰਗਾ ਖੇਡ ਉਹਨਿਆਂ ਵਾਂਗੂ ਪਿੰਨੀਆਂ ਤੇਰੀਆਂ ਛਾਤੀ ਜਿਵੇਂ ਛੇੜ ਜੁੱਸਾ ਪੂਰਾ ਭਰ ਵਰਤਾਦਾ ਖੇਡ ਕਬੱਡੀ ਖੇਡ ਜਵਾਨਾ ਖੇਡ ਕਬੱਡੀ ਖੇਡ ਜਵਾਨਾ ਨਾ ਚੋਰੀ ਅਸਰ ਗੁੱਜਰ ਸਾਹਿਬ ਨਾ 1000 ਰੁਪਏ ਦਾ ਸਤਿਕਾਰ ਇਨਾਮ ਹੌਸਲਾ ਅਫਜ਼ਾਈ ਦਾ ਬਹੁਤ ਜ਼ਿਆਦਾ ਸ਼ੁਕਰੀਆ ਸਾਡੇ ਕੁਸ਼ਤੀ ਦੇ ਮੈਦਾਨ ਹੋਣ ਕਬੱਡੀ ਦੇ ਮੈਦਾਨ ਹੋਣ ਜਾਂ ਕੋਈ ਵੀ ਸਪੋਰਟਸ ਇਵੈਂਟ ਹੋਵੇ ਚੌਧਰੀ ਅਰਸ਼ਦ ਗੁੱਜਰ ਸਾਹਿਬ ਗੁੱਜਰਾਂ ਦੀ ਪੱਗ ਹੈ ਗੁੱਜਰਾਂ ਦਾ ਸਿਰ ਕਢਵਾਣਾ ਹੈ ਹਮੇਸ਼ਾ ਪੁੱਜ ਕੇ ਮਾਰ ਦਿੰਦੇ ਦੇਖੋ ਚੋਈ ਸਾਹਿਬ ਇਸ ਵੇਲੇ ਅਸ਼ਫਾਕ ਜੱਟ ਨੇ ਪੱਟ ਚੀਰਿਆ ਔਰ ਚੱਕ ਲਿਆ ਗੋਦੀ ਆਏ ਹਾਏ ਕਹਿੰਦਾ ਗੋਦੀ ਚੱਕ ਲਿਆ ਸਿਖਾ ਲਿਆ ਯਾਰਾ ਕਿ ਪੈਰ ਖਾ ਲਿਆ ਭੱਖੜੇ ਨੇ ਤਾੜੀਆਂ ਮਾਰੋ ਯਾਰ ਸਾਰੇ ਜਰਾ ਜੱਟ ਵਾਸਤੇ ਜੱਟ ਨੇ ਸੋਹਣੀ ਠੱਲ ਪਾਈ ਹੈ ਔਰ ਪੁਆਇੰਟ ਦਾ ਵਾਅਦਾ ਕੀਤਾ ਲੱਖ ਰੁਪਈਏ ਦਾ ਜੱਫਾ ਇਸ ਵੇਲੇ ਅਸ਼ਫਾਕ ਜੱਟ ਕਰਦਾ ਹੋਇਆ ਹਾਫਿਜ਼ ਫਰਿਆਦ ਤਾਰੀ ਗੰਡਾ ਸਿੰਘ ਵਾਲੇ ਔਰ ਇਸ ਵਿੱਚ ਰੇਸ਼ਨ ਗੁੱਜਰ ਸਾਹਿਬ ਸਾਰੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਹੈ ਆ ਯਾਰ ਜਿਹੜੇ ਬੰਦੇ ਵਿੱਚ ਬੈਠੇ ਬੈਠੇ ਇਹਨਾਂ ਨੂੰ ਪੁੱਛਣਾ ਕਹੋ ਹੁਣ ਇਹਨਾਂ ਨੂੰ ਛੇੜੋਗੇ ਇਹ ਭੁੱਖਾ ਦੀ ਖਲਕਤ ਚ ਹੱਥ ਦੇਣ ਵਾਲਾ ਗੱਲ ਹੋਣਾ ਭਾਈ ਕਬੱਡੀ ਦੇ ਉਮਰ ਗੁੱਜਰ 85 ਵਾਲਾ ਰਾਜਾ ਆਪ ਸਾਫ ਕਪੂਰ ਆਏ ਹੈ ਸ਼ਿੰਗਾਰ ਸ਼ੂਜ਼ ਵਾਲੇ ਆਏ ਹਾਏ ਪਾਵਲਾ ਲੱਕ ਲੱਕ ਵਾਲੇ ਮੇਰੇ ਕੋਲ ਇੰਨੀਆਂ ਅਨਾਊਂਸਮੈਂਟ ਹੈ ਗ੍ਰਾਮੀ ਵਾਲੇ ਕਰਨ ਡੇ ਗਰਾਊਂਡ ਤੇ ਮੈਨੂੰ ਲੱਗਦਾ ਮੈਂ ਪਿਆਜ਼ ਵੇਚਣ ਆਇਆ ਗਲੀ 'ਚ ਕਮੈਂਟਰੀ ਕਰਨ ਤੋਂ ਯਾਰ ਮੈਂ ਇਹਨਾਂ ਦਾ ਨਾਨਾ ਆਪੂ ਮੇਰੇ ਕਹਿਣ ਤੇ ਬੜੇ ਚੱਲ ਜਾਣਾ ਤੁਹਾਡੇ ਕੋਲ ਇੱਕ ਬੰਦਾ ਨਹੀਂ ਹਟਿਆ ਉਦੋਂ ਦਾ ਪੰਜਾਬੀ ਵਾਲੇ
ਕਮੈਂਟਰੀ ਕਰਨ ਤੋਂ ਮਿਹਰਬਾਨੀ। ਮੁਬਾਰਕ ਅਲੀ ਔਰ ਜ਼ਮੀਰ ਇਸਲਾਮ ਸੰਧੂ ਨੇ ਧੱਕਾ ਦੇ ਕੇ ਬਾਹਰ ਕੱਢਿਆ, ਪੁਆਇੰਟ ਹੋ ਗਿਆ ਜ਼ਮੀਰ ਇਸਲਾਮ ਸੰਧੂ ਦਾ। ਵਾਪਸ ਫਰਿਆਦ ਮਾਰੀ ਗੰਡਾ ਸਿੰਘ ਵਾਲੇ, ਉਹਨਾਂ ਦੀ ਟੀਮ ਦਾ ਇੱਕ ਹੋਰ ਪੁਆਇੰਟ ਹੈ। ਅੱਲਾ ਰੱਖਾ, ਚੱਲ ਵੀ ਰੱਖਿਆ ਤੈਨੂੰ ਰੱਬ ਦੀਆਂ ਰੱਖਾ, ਸੋਹਣਾ ਕਰਮਾ ਸਾਠਵਾਂ ਸਰੀਰ ਹੈ। ਕਹਿੰਦਾ ਜੁੱਸਾ ਲੋਹੇ ਦਾ ਤਾਂ ਸ਼ੇਰਾਂ ਜਿਹਾ ਜਿਗਰਾ ਵੀ ਹੋਵੇ, ਉਹੀ ਆ ਕੇ ਕਬੱਡੀ ਦੇ ਮੈਦਾਨ 'ਚ ਖਲੋਵੇ, ਹੋਵੇ ਡੱਡੀ ਪੱਟੀ ਕੈਮ, ਤਾਹੀ ਬਲ ਚਾਹੀਦਾ, ਨਾਲੇ ਪਿੰਡ 'ਚ ਖਲੋਣ ਦਾ ਵੀ ਬਲ ਚਾਹੀਦਾ। ਸਾਡੇ ਸਟੇਜ ਦੀ ਜ਼ੀਨਤ, ਸਾਡਾ ਸੋਹਣਾ ਵੀਰਾ ਰਾਣਾ ਇਮਰਾਨ ਭੋਲਾ, ਆਏ ਹਾਏ ਪੁੱਠੀਆਂ ਪਾ ਲਈਆਂ ਜੱਟ ਨੇ, ਜੀਓ ਜੱਟਾ, ਚੱਕ ਦੇ ਫੱਟਾ ਮਾਰ ਕੇ ਕੈਂਚੀ ਕਰਦੇ ਇਕੱਠਾ, ਅਸ਼ਫਾਕ ਜੱਟ ਤਾੜੀ ਮਾਰੋ ਜੱਟ ਵਾਸਤੇ। ਕਹਿੰਦਾ ਮੇਰੀ ਨੱਚ ਦੀ ਜਵਾਨੀ ਪੱਪਾ ਭਾਰ ਸੱਜਣਾ, ਪੱਪਾ ਭਾਰ ਨੱਚ ਦੀਆਂ ਜਵਾਨੀਆਂ, ਮਿਹਨਤਾਂ ਦਾ ਮੁੱਲ ਹੈ ਬਾਈ ਜੀ। ਚੌਧਰੀ ਅਸ਼ਰ ਸਾਹਿਬ ਵਾਈਸ ਚੇਅਰਮੈਨ ਔਰ ਸਾਡੇ ਹਰ ਸਪੋਰਟਸ ਇਵੈਂਟ ਦੇ ਪ੍ਰਧਾਨ ਹੈ, ਕੋਈ ਵੀ ਸਪੋਰਟਸ ਇਵੈਂਟ ਹੋਏ ਚੌਧਰੀ ਅਸ਼ਰ ਸਾਹਿਬ ਉੱਥੇ ਪੁੱਜ ਕੇ ਰਣ ਪ੍ਰਸਾਦ ਜੋਗਦਾ ਪੂਰੀਆਂ ਪ੍ਰੀਤਾਂ ਸਾਂਝੀਆਂ ਕਰਨ ਵਾਲੇ। ਹਾਏ ਹਾਏ ਅਵੈਸ ਜੱਟ ਨੇ ਮੌਸਮ ਨੂੰ ਰੱਖ ਲਿਆ ਥੱਲੇ, ਕਹਿੰਦਾ ਤਾਈਓ ਡੱਕ ਲਈ ਅੱਜ ਤੇਰੀ ਰਾਹ ਸੱਜਣਾ, ਅਸੀਂ ਡੱਕ ਕੇ ਵਫਾ ਲੈਨੇ ਸਾਹ ਸੱਜਣਾ, ਤੇਰੀ ਰਾਹ ਵਿਚਾਲ ਖਲੋਤੇ ਆ ਜਿੰਨੀ ਲੱਗਦੀ ਲਾਲਾ ਚ ਵਾਹ ਸੱਜਣਾ। ਜਨਾਬ ਚੌਧਰੀ ਅਸਦ ਗੁੱਜਰ ਔਰ ਇੰਟਰਨੈਸ਼ਨਲ ਕਬੱਡੀ ਕੋਚ ਸਾਧ ਗੁਲਾਮ ਬਾਸ ਭੱਟ, ਜਨਾਬ ਸੋਹਣੇ ਚਸ਼ਮੇ ਲਾਏ ਹੋਏ, ਸਾਡੇ ਗਰਾਊਂਡਾਂ ਦੀ ਸ਼ਾਨ ਹੈ ਜਾਨ ਹੈ ਇਹ ਮਹਿਬੂਬ ਵਾਲਾ ਔਰ ਚੌਧਰੀ ਅਬਦੁਲ ਫੀਸ ਗੁੱਜਰ ਸਾਹਿਬ ਕਹਿੰਦੇ ਆ। ਹਾਂਜੀ ਕਾਕਾ ਦੇਖਦੇ ਚੌਧਰੀ ਅਬਦੁਲ ਫੀਸ ਗੁੱਜਰ ਸਾਹਿਬ ਦਾ ਕੀ ਡਿਸੀਜਨ ਹੈ, ਕਹਿੰਦੇ ਪੁਆਇੰਟ ਹੋ ਗਿਆ ਰੇਡਲ ਦਾ, ਮਹਿਬੂਬ ਵਾਲੇ ਦਾ ਹੋ ਗਿਆ ਪੁਆਇੰਟ। ਚੱਲ ਵੀ ਉਮਰ ਗੁਜਰ 85 ਦਾ, ਚੱਲ ਵੀ ਗੁਜਰ ਵਾਲੇ ਤੇ ਹੁਣ ਦੁੱਧ ਵਖਰਾ ਦਾ ਪੜਿਆ, ਇੰਜ ਲੱਗਦਾ ਜਿਵੇਂ ਗੁਜਰ ਨੇ ਪਿੱਟੇ ਦੇ ਘੇ ਹੈ ਪੜਿਆ, ਦੇਖਦਾ ਜੱਟ ਨੇ ਕਰ ਲਿਆ ਕਾਬੂ। ਔਰ ਜੀ ਜੱਟਾ ਕੱਲ ਆਰਪੀਓ ਕਬੱਡੀ ਹੀਰੋਜ਼ ਕੱਪ ਦੇ ਵਿੱਚ ਵੀ ਬੜੇ ਤਰਲੇ ਸਟਾਪ ਕੀਤੇ ਆ, ਹਫਤੇ ਸੀਜ਼ਨ ਵਿੱਚ ਕਿਤਨੇ ਜਾਂ ਵੀ ਕਸਰ ਲੱਗੇ, ਜਿਹਨੂੰ ਕਬੱਡੀ ਦਾ ਪ੍ਰੇਮ ਆ ਤਾੜੀਆਂ ਦਾ ਲਾੜੀਆਂ ਦੇ ਨਹੀਂ ਕਬੱਡੀ ਨਹੀਂ ਲਿਖਣਾ ਹੈ, ਪੂਰੀਆਂ ਤਾੜੀਆਂ ਹੋਣੀਆਂ ਚਾਹੀਦੀਆਂ। ਰੱਬ ਸੋਹਣੇ ਕੀਤਾ ਇਹ ਮੁੰਡਾ ਵੀ ਕੈਨੇਡਾ ਖੇਡੂਗਾ, ਕਹਿੰਦੇ ਨਾ ਮੁੰਡੇ ਚੱਕ ਕੈਨੇਡਾ ਸੈੱਟ ਕੀਤੇ, ਸਦਕੇ ਜਾਵਾ ਗੁੱਟ ਫੜਾ ਬੈਠਾ। ਚੱਲ ਬੱਬਰ ਸ਼ੇਰਾ ਆ ਗਿਆ ਮੁਬਾਰਕ, ਤਾੜੀਆਂ ਮਾਰੋ ਜਿਹੜਾ ਸਾਰੇ ਲੜ ਕੇ ਆ ਗਿਆ ਪੁਆਇੰਟ ਦਾ ਵਾਧਾ ਕੀਤਾ। ਕਹਿੰਦਾ ਮੁੰਡੇ ਚੱਕ ਕੈਨੇਡਾ ਸੈੱਟ ਕੀਤੇ ਹੈ, ਜਾਗਾਂ ਵਾਲੀ ਕੌਡੀ ਸੁਣ ਖਿਲਰੇ ਪ੍ਰੇਮ ਦੇ ਸੁਣ ਤਾਂ ਸਹੀ ਹੈ, ਰਾਗਾਂ ਵਾਲੀ ਕੌਡੀ ਜਿਵੇਂ ਅੱਜ ਇੱਥੇ ਕਬੱਡੀ ਦਾ ਪੂਰਾ ਠੱਠ ਹੈ ਵੱਜਿਆ, ਹੁਣ ਸਾਰੀ ਦੁਨੀਆ ਮਰ ਜਾਊਗੀ ਹੈ ਭਾਗਾਂ ਵਾਲੀ ਕੌਡੀ ਹੈ ਭਾਗਾਂ ਵਾਲੀ ਕੌਡੀ। ਭਾਜੀ ਮਿੱਠੂ ਨੇ ਆਈਪੀਐਸ ਆਇਆ ਜਨਾਬ ਦਿਲਜੀਤ ਸਹੋਗਾ, ਅੰਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੈਨੇਡਾ ਦੇ ਵਿੱਚ, ਉਹਨਾਂ ਨੇ ਕਬੱਡੀ ਅੱਜ ਕਰੋੜਾਂ ਰੁਪਏ ਦੀ ਕਰਤੀ ਬਾਈ ਜੀ, ਬੱਲੇ ਬੱਲੇ ਕਰਤੀ ਆ ਹਾਊਸ ਆਫ ਸਟਾਈਲ ਵਾਲਿਆਂ ਨੇ ਕਬੱਡੀ। ਚੱਲ ਵੀ ਮੈਦਾਨ ਦੇ ਵਿੱਚ ਆ ਗਿਆ ਰਾਣਾ ਇਮਰਾਨ ਭੋਲਾ, ਮੁੰਡੇ ਨੇ ਕਿੱਡਾ ਕਾਬੂ ਕੀਤਾ, ਇੱਕ ਵਾਰੀ ਮਾਰਿਆ ਛੱਡਾ ਔਰ ਆ ਗਿਆ ਭੋਲਾ, ਮਿਰਜੇ ਦੀ ਬੱਕੀ ਬਣਿਆ, ਥੋੜਾ ਪੁਆਇੰਟ ਦਾ ਵਾਧਾ ਕਰਦਾ, ਕਹਿੰਦਾ ਮੈਨੂੰ ਡੱਕ ਦਾ ਮੈਂ ਜਾਣਾ ਹੀ ਹੁਣ ਗਾਹ ਨੂੰ, ਕਦੇ ਮੁੜ ਕੇ ਨਾ ਦੇਖੂਗਾ ਪਛਾਣ ਨੂੰ, ਰੱਬ ਸੋਹਣਾ ਹੁਣ ਮਿਹਰ ਕਰੇ ਮੇਰੇ ਤੇ, ਮੱਥਾ ਟੇਕ ਕੇ ਮੈਂ ਆਇਆ ਕਰੇ ਮਾਂ ਨੂੰ। ਔਰ ਲੈ ਵੀ
ਜਿਹਨੂੰ ਕਬੱਡੀ ਦਾ ਸਵਾਲ ਆ ਰਿਹਾ ਨਾ, ਆਏ ਹਜਨੇਰ ਵੱਟ ਲੱਗਾ ਗੁੱਡ ਫੜਿਆ ਸਦਕੇ, ਹਾਜੀ ਮਮਤਾਜ ਵੱਟ ਦਾ ਸਾਹ ਜਿਆਦਾ, ਉਹ ਘਰ ਦੀ ਕਬੱਡੀ ਵੱਟਾਂ ਦੀ ਤਾੜੀ ਵਾਲੇ ਦਾ ਸਾਰੇ ਰਲ ਕੇ ਕਹਿੰਦਾ ਗੁੱਡ ਉੱਠ ਕੇ ਫੜ ਲੈਂਦੇ, ਅਜੇ ਸਾਡੀ ਉਮਰ ਨਿਆਣੀ, ਮੈਂ ਸੁਣਿਆ ਇਸ ਮੇਲੇ ਵਿੱਚ ਕਈ ਵਿਛੜ ਗਏ ਨੇ ਹਾੜੀ, ਘੁੱਟ ਘੁੱਟ ਕੇ ਫੜ ਲੈਂਦੇ, ਅਜੇ ਸਾਡੀ ਉਮਰ ਨਿਆਣੀ। ਬਹੁਤ ਤਕੜਾ ਸਟੋਪ। ਔਰ ਅੱਜ ਸਾਡੇ ਬਸ਼ਰ ਜੱਟ ਝੂਰ ਵਾਲਾ ਮੇਰਾ ਵੀਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਨਾਮ ਇਸ ਵੇਲੇ ਚੌਦੀ ਉਮਰ ਅੱਗੇ ਕਾਹਦਾ ਨਾਗ ਵਾਲੇ ਸਾਡੇ ਇੰਟਰਨੈਸ਼ਨਲ ਖਿਡਾਰੀ ਕੋਚ ਇਸਤਾਂ ਦੇ ਮਾਤਰਾ ਪਾਣੀ ਹੈ ਜਨਾਬ, ਬਹੁਤ ਮਿਹਰਬਾਨੀ ਸਰਦਾਰ ਸ਼ੇਖ ਗੁੱਜਰ ਸਾਹਿਬ। ਔਰ ਮੇਰਾ ਵੀਰ ਸਿਟੀ ਸਪੋਰਟਸ ਸਾਡੇ ਜ਼ੁਲਫਕਾਰ ਅਲੀ ਭੁੱਟੋ, ਤੇਰੀਆਂ ਮੁਹੱਬਤਾਂ ਦਾ ਵੀਰ ਹੈ, ਸ਼ੁਕਰੀਆ ਜ਼ੁਲਫਕਾਰ ਅਲੀ ਭੁੱਟੋ, ਚੌਧਰੀ ਸ਼ਹਿਜ਼ਾਦ ਗਿੱਲ ਸਾਹਿਬ, ਜਨਾਬ ਹਾਜੀ ਸ਼ਫੀਕ ਸਾਹਿਬ ਔਰ ਫੈਸਲ ਸੱਧੂ, ਜਨਾਬ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਔਰ ਉਹਦੀ ਪੁੱਛਾਂ ਦਾ ਮੇਰਾ ਸੋਹਣਾ ਗੁੱਜਰ ਸਰਦਾਰ ਸ਼ੇਖ ਗੁੱਜਰ, ਸਾਨੂੰ ਪੱਗਾਂ ਫਾਪਦੀਆਂ ਨੇ, ਸਾਡੀ ਵੱਖਰੀ ਕੌਮ ਦਾ ਵਾਪੀ, ਸਾਡੀ ਕੌਮ ਦੇ ਸ਼ੇਰਾਂ ਦੀ ਸਾਨੂੰ ਕਹਿੰਦੇ ਲੋਕ ਪੰਜਾਬੀ। ਪੂਰੇ ਪਾਕਿਸਤਾਨ ਦੇ ਕੋਈ ਵੀ ਇੰਟਰਨੈਸ਼ਨਲ ਖਿਡਾਰੀ ਐਸਾ ਨਹੀਂ ਹੋਣਾ ਕੱਲ ਜਿਹੜਾ ਇਨਸ਼ਾਲਾ ਇਸ ਗਰਾਊਂਡ 'ਚ ਨਹੀਂ ਹੋਣਾ, ਡਾਇਮੰਡ ਆਫ ਕਬੱਡੀ ਹੀਰਾ ਬੱਟ ਵੀ ਇੱਥੇ ਹੋਊਗਾ। ਜ਼ਮੀਰੁਲ ਇਸਲਾਮ ਸੰਧੂ ਪੁੱਤ ਫੜ ਨਹੀਂ ਹੋਣ ਡਿਆ, ਪਕੜ ਨਹੀਂ ਬਣਨ ਡਈ, ਮਿਹਨਤ ਦਾ ਅੱਲਾ ਰੱਖਾ ਫੈਸਲ ਸੰਧੂ ਨੇ ਹਾਂਜੀ ਦੇਖ ਜਿਹੜਾ ਅੱਲਾ ਦਾ ਫੈਸਲੇ ਬੋਲਦਾ ਹੈ ਭਾਵਾ ਜੁਨੇਦ ਭੱਟ ਸੱਜੀ ਕੰਨੀ ਖੱਬੀ ਕੰਨੀ ਅਵੈਸ ਚੱਟ, ਜੁਨੇਦ ਭੱਟ ਅਵੈਸ ਚੱਟ ਹੈ। ਔਰ ਸ਼ੇਰੇ ਲਾਹੌਰ ਚੜ ਗਿਆ, ਅਗਲੇ ਸਾਲ ਦਊਂਗਾ ਇਨਸ਼ਾਅੱਲਾ, ਇੰਜ ਦੇ ਜੱਫੇ ਹੋਰ ਦਿਖਾਉਣੇ ਆ, ਤੇਰੇ ਬਹੁਤ ਜੱਫੇ ਮੈਂ ਦੇਖਣੇ ਆ। ਨਈਮ ਸੰਧੂ ਸਾਡਾ ਸ਼ੇਰੇ ਲਾਹੌਰ ਹੈ, ਚੌਧਰੀ ਵਾਰਸ ਲੰਬੜ ਰਾਤ ਜਾ ਕੇ ਇੱਕ ਹੋਰ ਬਹਾਨਾ ਨਿਕਲ ਆਉਣਾ, ਜੇ 9 ਵਜੇ ਤੋਂ ਬਾਅਦ ਜਾ ਗਿਆ ਤਾਂ ਦੇਖੀ ਫਿਰ ਚੱਲ ਵੀ ਮੈਦਾਨ ਵਿੱਚ ਭੂਬਾ ਵਾਲਾ ਚੱਟ ਨੀ ਚੜਾਈ ਹੱਥ ਸਦਕੇ ਜਾਵਾ ਚੱਟਾ, ਹਾਏ ਹਾਏ ਜੀ ਵਾਲਿਆ ਧੂੜ ਨੀ ਪੱਟਦੀ ਇਹ ਵੀ ਭਾਈ ਜੀ।
ਸ਼ਹੀਦ ਕਬੱਡੀ ਕੱਪ 2019 ਔਰ ਉਮਰ ਗੁਜਰ 85 ਵਾਲਾ ਸੱਜੀ ਕੰਡੀ ਇਸ ਵੇਲੇ ਆਸਮ ਰਾਜਾ ਔਰ ਲਾਗਿਆ ਕਾਲੂ ਵਾਲਾ ਸਦਕੇ ਇਸ਼ਤਿਆਕ ਵਾਲੇ ਦਾ ਭਤੀਜਾ ਇਸਹਾਕ ਵਾਲੇ ਦਾ ਪੋਤਰਾ ਘਰ ਦੀ ਕਬੱਡੀ ਹੈ ਔਰ ਵਾਲੇ ਦੀ ਲੱਗ ਤੋਂ ਸਦਕੇ ਨਵੀਂ ਕਸਮ ਲੱਗੇ ਤਾੜੀਆਂ ਮਾਰੋ ਜਿਹਨੂੰ ਕਬੱਡੀ ਦਾ ਪਿਆਰ ਹੈ ਸਦਕੇ ਜਾਵਾ ਆਏ ਹਾਏ ਤਾੜੀ ਯਾਰ ਮਾਰੋ ਸਾਰੇ ਰਲ ਕੇ ਜਰਾ ਕੱਲ ਆਰਪੀਓ ਕਬੱਡੀ ਹੀਰੋਜ਼ ਕੱਪ ਚ ਵੀ ਅਰਸ਼ਦ ਸਾਹਿਬ ਨੇ ਧੂੜਾਂ ਪੱਟੀਆਂ ਜੱਟ ਨੇ ਅਗਰ ਤੁਸੀਂ ਕਿਸੇ ਟੂਰਨਾਮੈਂਟ ਦੀ ਮਸ਼ਹੂਰੀ ਜਾਂ ਆਪਣੇ ਕਾਰੋਬਾਰ ਦੀ ਮਸ਼ਹੂਰੀ ਜਾਂ ਪ੍ਰਮੋਸ਼ਨ ਸਾਡੇ ਇੰਟਰਨੈਸ਼ਨਲ ਕਬੱਡੀ ਕਲੱਬ ਦੇ 6 ਲੱਖ ਫੇਸਬੁੱਕ ਫਾਲੋਅਰ ਵਾਲੇ ਪੇਜ 'ਤੇ ਜਾਂ ਯੂਟਿਊਬ ਦੇ ਚੈਨਲ 'ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਇਸ ਦਿੱਤੇ ਗਏ ਨੰਬਰ 'ਤੇ ਰਾਬਤਾ ਕਰੋ। ਮਜ਼ੀਦ ਮਾਲੂਮਾਤ ਲਈ ਸਾਨੂੰ ਕਾਲ ਕਰ ਸਕਦੇ ਹੋ। ਤੇਰੇ ਪੈਸੇ ਮੇਰੇ ਕੋਲ ਵੀ ਹੈਗੇ ਆ।
ਆਪਣਾ ਮਾਣ ਹੁੰਦਾ ਇਹ ਆਪ ਕਬੱਡੀ ਦੇ ਮੈਦਾਨਾਂ ਦੇ ਉਹ ਲਾੜਾ ਖਿਡਾਰੀ ਆ ਗੁਲਾਮ ਅਬਾਸ ਭੱਟ ਸ਼ੁਕਰੀਆ ਜਨਾਬ ਸਿਟੀ ਮੇਅਰ ਹਜ਼ਾਕ ਮਾਨ ਸਾਹਿਬ ਤੁਹਾਡੇ ਨਾਮ ਦਾ ਹੌਸਲਾ ਅਫਜ਼ਾਈ ਦੇ ਸਤਿਕਾਰ ਦਾ ਢੇਰ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਬਹੁਤ ਜ਼ਿਆਦਾ ਸ਼ੁਕਰੀਆ ਸਤਿਕਾਰ ਦਾ ਜਨਾਬ ਕਹਿੰਦੇ ਦਾਨਿਸ਼ਮੰਦ ਨੂੰ ਛਾਲ ਕਰੇਂਦੇ ਪਿਆਮਾ ਸਾਹਿਬ ਭਾਈ ਲੱਕੜ ਹਾਲੇ ਲੈ ਕੇ ਜਾਣਾ ਜੋ ਸਸਤੀ ਮਠਿਆਈ ਸਾਡੇ ਪੰਜਾਬ ਦੀ ਧਰਤੀ ਦਾ ਮਸਕੂਰ ਹੋਏ ਹੋਏ ਭਾਈ ਤਾੜੀਆਂ ਹੋ ਜਿਹੜੇ ਜਿਹੜਾ ਮੁੰਡੇ ਨੇ ਉੱਡਦੀਆਂ ਸਿੱਧਾ ਦਾ ਮਾਹੌਲ ਬਣਾਇਆ ਉੱਤੋਂ ਕੈਂਚੀ ਪਾ ਲਈ ਹੈ ਪੂਰਾ ਜੂੜ ਹੈ ਔਰ ਪੁਆਇੰਟ ਹੋ ਗਿਆ ਸਟੋਪਰ ਦਾ ਚੜ੍ਹਾਈ ਦੇਖ ਜਰਾ ਲਾਲਾ ਗੁਜਰਾ ਜੋਰ ਗੁਜਰਾ ਢਿੱਲਾ ਹੋਇਆ ਜਰਾ ਲਾਲੋ ਵੀ ਸਾਰੇ ਤਾੜੀ ਮਾਰੋ ਨਾ ਜਰਾ ਉੱਤੇ ਥੱਲੇ ਹੋ ਗਏ ਦੋਵੇਂ ਤਾਂ ਬਚ ਗਿਆ ਲਲਕਾਰਾ ਹਮਜ਼ਾ ਗੁਜਰ ਆਏ ਹੈ ਸੱਪ ਨੂੰ ਸੱਪ ਲੜ ਗਿਆ ਉਹ ਤਾੜੀ ਮਾਰੋ ਹਮਜ਼ਾ ਗੁਜਰ ਵਾਸਤੇ ਆ ਬੁਲਟ ਮੋਟਰਸਾਈਕਲਾਂ ਮਿਲਦੀਆਂ ਇਹ ਫੇਰ ਅਗਲੇ ਇੱਕੋ ਜਾ ਕੇ ਤਗੜੀ ਕਬੱਡੀ ਖੇਡਦੇ ਆ ਤੈਨੂੰ ਲੈ ਕੇ ਫੁਲਕਾਰੀ ਸੋਹਣੇ ਛੱਡਿਆ ਤੂੰ ਮੇਰੇ ਨਾਲ ਕੱਚੀ ਠੀਕ ਆ ਦੇਖ ਜਰਾ ਆ ਸਦਕੇ ਜਾਵਾ ਮੁੰਡੇ ਬਹੁਤ ਤਕੜੇ ਸਲਾਮ ਅੱਲਾ ਵੀ ਸੋਹ ਦਵਾਉਂਦੇ ਆ ਤਾੜੀਆਂ ਯਾਰ ਮਾਰਦੇ ਨਾਲ ਦੇ ਕਰਦੇ ਇਹ ਤਾੜੀਆਂ ਦਾ ਨਾਮ ਵੀ ਨਹੀਂ ਲੈਂਦੇ ਮੁੰਡੇ ਧੂੜਾ ਮੁਹੰਮਦ ਸਦਕੇ ਜਾਵਾ ਪੁੱਤ ਜਿਵੇਂ ਲੱਗਿਆ ਬੀਮਾ ਹੋਇਆ ਤੇਰਾ ਉੱਚਾ ਸੱਚਾ ਜਾਂ ਨਹੀਂ ਦੁਨੀਆਂ ਤੱਕ ਨਾਂ ਰਹਿਣਾ ਕੁਝ ਲੋਕ ਜਿਹੜੇ ਆ ਮਰ ਕੇ ਵੀ ਅਮਰ ਹੁੰਦੇ ਆ
ਅਲੀ ਅਸਗਰ ਭੋਲਾ ਗੁੱਜਰ ਸ਼ਹੀਦ ਸਾਡੇ, ਉਹ ਸਾਡੇ ਫੈਸਲਾਬਾਦ ਦਾ ਸੋਹਣਾ ਸਬੂਤ ਹੋਇਆ ਜਿਹਦੇ ਉੱਤੇ ਲੈਲਪੁਰ ਦੀ ਧਰਤੀ ਹਮੇਸ਼ਾ ਮਾਣ ਕਰਦੀ ਰਹੂ। ਉਹਨਾਂ ਦੇ ਨਾਮ ਤੇ ਅੱਜ ਕਰਾਇਆ ਹੈ ਮੇਲਾ ਜਨੇਦ ਭੱਟ, ਹਾਂਜੀ ਮੁਮਤਾਜ਼ ਭੱਟ ਦਾ ਜਨਾਬ, ਸਾਡੇ ਸੁਲਤਾਨ ਭੱਟ ਦਾ ਭੱਟ ਭੱਟਾਂ ਦੀ ਵੀ ਕਬੱਡੀ ਭਾਈ ਕਰਦੀ ਹੈ। ਪਾਕਿਸਤਾਨ ਦਾ ਇੱਕੋ ਹੀ ਭੱਟ ਹੈ ਜਿਹਨੇ ਪੂਰੀ ਦੁਨੀਆ ਦੇ ਭੱਟਾਂ ਦੇ ਵਿੱਚ ਭੱਟਾਂ ਦਾ ਸਿਮਲਾ ਉੱਚਾ ਕੀਤਾ। ਗੁਲਾਮ ਅਬਾਸ ਭੱਟ ਇੰਟਰਨੈਸ਼ਨਲ ਕਬੱਡੀ ਕੋਚ, ਉਸਤਾਦਾਂ ਦਾ ਉਸਤਾਦ, ਰੱਬ ਸੋਹਣੇ ਨੇ ਲੱਭ ਲੱਭ ਕੇ ਹਿੱਸਾ ਦਿੱਤੀਆਂ ਹਮੇਸ਼ਾ ਇਹਦੇ ਨਾਲ ਰੁਤਬੇ ਮਿਹਨਤ ਨੂੰ ਕਦਰਾਂ ਨਾਲ ਪੋਲੀਟੀਕਲ ਲੀਡਰ ਹੀ ਨਹੀਂ।